ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਪਿਛਲਾ ਸਾਲ ਕਿਵੇਂ ਦਾ ਰਿਹਾ ਤੁਸੀਂ ਆਪਦੀ ਜੋ ਪਾਰਖੂ ਨਜ਼ਰ ਨਾਲ ਤੁਸੀਂ ਦੇਖਿਆ ਹੋਣਾ? ਕੋਈ ਪ੍ਰਾਪਤੀ ਨਹੀਂ ਰਹੀ ਪਿਛਲੇ ਸਾਲ, ਅਸੀਂ ਇਹ ਕਹਿ ਸਕਦੇ ਹਾਂ ਸਿਆਸੀ ਲੈਵਲ 'ਤੇ ਕੋਈ ਵੱਡੀ ਪ੍ਰਾਪਤੀ ਰਹੀ ਨੀਗੀ, ਸਿਆਸੀ ਲੈਵਲ 'ਤੇ ਕੋਈ ਵੱਡੀ ਪ੍ਰਾਪਤੀ ਰਹੀ ਨੀਗੀ। ਪਿੰਡਾਂ ਦੇ ਵਿੱਚ ਐਤਕੀ ਦੇਖਣ ਨੂੰ ਇਹ ਮਿਲਿਆ, ਖਾਸ ਕਰਕੇ ਮਾਲਵੇ ਦੇ ਏਰੀਏ 'ਚ, ਵੀ ਸਰਪੰਚ ਆ ਜਿਹੜੇ, ਕੋਈ ਅਕਾਲੀ ਦਲ ਲਈ ਸਰਪੰਚ ਖੜਾ ਜਾਂ ਪੈਂਚ ਖੜਾ ਹੋਣ ਲਈ ਤਿਆਰ ਨਹੀਂ ਸੀ। ਉਹ ਕੀ ਸੀ ਫਿਰ, ਉਹਦਾ ਕੋਈ ਰਿਜ਼ਲਟ ਵੀ ਨਹੀਂ ਆਇਆ ਜਿਹੜਾ ਬਰਗਾੜੀ ਮੋਰਚਾ ਲੱਗਿਆ ਸੀ? ਸਿੱਖਾਂ ਕੋਲ ਕੋਈ ਲੀਡਰਸ਼ਿਪ ਹੈ ਨਹੀਂ, ਸਿੱਖ ਬੇਚੈਨ ਹੈ। ਉਹ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਤੋਂ ਲਗਾਤਾਰ 15 ਤੋਂ ਬੇਚੈਨ ਚੱਲ ਰਿਹਾ ਹੈਗਾ, ਅਤੇ ਸਰਬੱਤ ਖਾਲਸੇ ਨੇ ਵੀ ਇੱਕ ਤਰੀਕੇ ਨਾਲ ਉਹਨਾਂ ਨੂੰ ਧੋਖਾ ਹੀ ਦਿੱਤਾ। ਪਾਰਟੀਲੈਸ ਪੰਜਾਬ ਹੋ ਗਿਆ, ਇਹਦੇ ਪਿੱਛੇ ਕੀ ਕਾਰਨ ਤੁਸੀਂ ਦੇਖਦੇ ਹੋ? ਅਸਲ ਵਿੱਚ ਪੰਜਾਬ ਦੇ ਵਿੱਚ ਕੋਸ਼ਿਸ਼ ਇਹ ਆ ਦੋ ਵੱਡੀਆਂ ਪਾਰਟੀਆਂ ਦੀ, ਅਕਾਲੀ ਦਲ ਦੀ ਅਤੇ ਕਾਂਗਰਸ ਦੀ, ਵੀ ਤੀਜੀ ਧਿਰ ਇੱਥੇ ਖੜੀ ਨਾ ਹੋਣ ਦਿੱਤੀ ਜਾਵੇ। ਕੈਪਟਨ ਸਰਕਾਰ ਖਿਲਾਫ਼ ਕੋਈ ਉਹਨਾਂ ਵਿਦਰੋਹ ਹਜੇ ਪੈਦਾ ਨਹੀਂ ਹੋਇਆ, ਉਹ ਇਹ ਵੀ ਹੋ ਸਕਦਾ ਕਿ ਅਗਲੇ ਸਾਲ ਤੋਂ ਪੈਦਾ ਹੋ ਜਾਵੇ, 2019 ਦੀਆਂ ਚੋਣਾਂ 'ਚ ਲੋਕ ਆਪਣਾ ਵਿਰੋਧ ਜ਼ਾਹਰ ਕਰ ਦੇਣ? ਤੁਹਾਨੂੰ ਨਹੀਂ ਲੱਗਦਾ ਕਿ ਕੈਪਟਨ ਲਈ ਤਾਂ ਇਹ ਜਿਹੜਾ ਬਰਾ ਸੀ ਇਹ ਵਧੀਆ ਰਿਹਾ? ਇਸ ਤਰੀਕੇ ਦਾ ਨਿਖਿੱਧ ਟਾਈਪ ਦਾ, ਮਤਲਬ ਕਿ ਵੀ ਚੀਫ ਮਿਨਿਸਟਰ ਸਾਬਤ ਹੋਇਆ ਉਹ ਸਾਡਾ ਭਵਿੱਖ ਦੀ ਜਿਹੜੀ ਕਮਾਂਡ ਹੈ ਪੰਜਾਬ ਦੀ ਸਿੱਧੂ ਦੇ ਹੱਥ ਚਲੀ ਜਾਵੇ, ਇਹ ਸਿਆਸੀ ਗਿਣਤੀਆਂ ਮਿਣਤੀਆਂ 'ਚੋਂ ਕਿਤੇ ਕੈਪਟਨ ਅਮਰਿੰਦਰ ਵਿਰੋਧ ਤਾਂ ਨਹੀਂ ਕਰਦਾ ਇਹਦਾ? ਪਿਛਲਾ ਵਰ੍ਹਾ ਪੰਜਾਬ ਦੀ ਸਿਆਸਤ ਲਈ ਕਿੰਨਾ ਮਹੱਤਵਪੂਰਨ ਸੀਗਾ, ਔਰ ਹੋਰ ਮੁੱਦਿਆਂ ਬਾਰੇ ਇਹ ਕੀ ਪੱਖ ਉੱਭਰੇ ਇਸ ਸਾਲ ਦੌਰਾਨ, ਸਾਰੇ ਕਾਸੇ ਬਾਰੇ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ, ਜੋ ਲੰਮਾ ਸਮਾਂ UNI ਦੇ ਵਿੱਚ ਰਿਪੋਰਟਿੰਗ ਕਰਦੇ ਰਹੇ ਨੇ। ਸਿੱਧੂ ਸਾਹਿਬ, ਇਹ ਦੱਸੋ ਜੇ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ, ਪਿਛਲਾ ਸਾਲ ਕਿਵੇਂ ਦਾ ਰਿਹਾ ਤੁਸੀਂ ਆਪਦੀ ਜੋ ਪਾਰਖੂ ਨਜ਼ਰ ਨਾਲ ਤੁਸੀਂ ਦੇਖਿਆ ਹੋਣਾ? ਦੇਖੋ, ਪੰਜਾਬ ਦੇ ਲਈ ਸਿਆਸੀ ਲੈਵਲ ਉੱਤੇ ਤਾਂ ਬਹੁਤ ਉਥਲ ਫੁਥਲ ਦਾ ਰਿਹਾ, ਕੋਈ ਪ੍ਰਾਪਤੀ ਨਹੀਂ ਰਹੀ ਪਿਛਲੇ ਸਾਲ, ਅਸੀਂ ਇਹ ਕਹਿ ਸਕਦੇ ਹਾਂ ਸਿਆਸੀ ਲੈਵਲ 'ਤੇ ਕੋਈ ਵੱਡੀ ਪ੍ਰਾਪਤੀ ਰਹੀ ਨੀਗੀ। ਅਤੇ ਇਸ ਕਰਕੇ ਜੇ ਅਸੀਂ ਇਕੱਲੀ ਚੀਜ਼ ਨੂੰ ਲਈਏ, ਪਹਿਲੀ ਗੱਲ ਤਾਂ ਸਭ ਤੋਂ ਇਹ ਵੀ ਬਾਦਲ ਦੀ ਜਿਹੜੀ ਪਾਰਟੀ ਸੀਗੀ ਅਕਾਲੀ ਦਲ, ਉਹ ਦਫਾੜ ਹੋਇਆ, ਟੁੱਟਿਆ, ਇੱਥੋਂ ਤੱਕ ਟੁੱਟਿਆ ਵੀ ਉਸ ਨੂੰ ਇੰਨੀ ਜ਼ਿਆਦਾ ਨਮੋਸ਼ੀ ਅਤੇ ਇੰਨਾ ਥੱਲੇ ਚਲਾ ਗਿਆ ਵੀ ਬਾਦਲ ਨੂੰ ਥੋੜ੍ਹੀ ਜਿਹੀ ਆਪਣੀ ਪੁਜੀਸ਼ਨ 'ਤੇ ਪੈਰ ਜਮਾਉਣ ਲਈ ਦਰਬਾਰ ਸਾਹਿਬ ਜਾ ਕੇ ਉੱਥੇ ਫਿਰ ਸੇਵਾ ਕਰਨੀ ਪਈ, ਪਰ ਉਹਦੀ ਸੇਵਾ ਦਾ ਕੋਈ ਫਲ ਨਹੀਂ ਮਿਲਿਆ। ਇਹਦੇ ਬਾਵਜੂਦ ਵੀ ਫਿਰ ਉਸਦੀ ਪਾਰਟੀ ਵਿੱਚੋਂ ਟੁੱਟ ਕੇ ਮਾਝੇ ਦੇ ਜਿਹੜੇ ਵੱਡੇ ਲੀਡਰ ਸੀ, ਟੁੱਟ ਕੇ ਉਹਨਾਂ ਨੇ ਟਕਸਾਲੀ ਅਕਾਲੀ ਦਲ ਬਣਾ ਲਿਆ। ਅਤੇ ਇਹ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਪਿਛਲੇ ਸਾਲ ਦੇ ਵਿੱਚ ਵੀ ਹੁਣ ਜਿਹੜੀਆਂ ਚੋਣਾਂ ਹੋਈਆਂ ਪੰਚਾਇਤ ਚੋਣਾਂ, ਪੰਚਾਇਤ ਇਲੈਕਸ਼ਨ ਦੇ ਵਿੱਚ, ਅਕਾਲੀ ਦਲ ਦੇ ਸਰਪੰਚ ਕਿਤੇ ਨਹੀਂ ਜਿੱਤੇ, ਕਿਤੇ ਜਿੱਤਿਆ ਹੋਵੇ ਨਹੀਂ, ਨਾ ਮੈਂਬਰ ਨਾ ਉਹਨਾਂ ਦੇ ਸਰਪੰਚ ਜਿੱਤੇ ਨੀਗੇ। ਬੇਸ਼ੱਕ ਉਹ ਦੋਸ਼ ਲਾਈ ਜਾਂਦੇ ਆ, ਹੇਰਾਫੇਰੀ ਕਿਤੇ ਨਾ ਕਿਤੇ ਜ਼ਰੂਰ ਹੋਈ ਹੋਏਗੀ, ਇਹੋ ਜਿਹਾ ਸਿਸਟਮ ਬਣਿਆ ਹੋਇਆ ਜਿੱਥੇ ਧੱਕੇ ਵੀ ਹੁੰਦੇ ਆ ਜਦੋਂ ਮੌਕੇ ਦੀਆਂ ਸਰਕਾਰਾਂ ਕਰ ਦਿੰਦੇ ਆ ਜਾਂ ਉਹਨਾਂ ਨਾਲ ਬੰਦੇ ਜੁੜ ਕੇ ਕਰ ਦਿੰਦੇ ਆ, ਪਰ ਇਹ ਸਾਰੇ ਧੱਕੇ ਦਾ ਜਿਹੜਾ ਪ੍ਰੋਸੈਸ ਹੈ ਇਹ ਸਾਰਾ ਸ਼ੁਰੂ ਬਾਦਲ ਵੇਲੇ ਹੀ ਹੋਇਆ ਵਾ ਸੀਗਾ, ਉਹਨਾਂ ਨੇ ਬਹੁਤ ਧੱਕੇ ਕੀਤੇ, ਅਤੇ ਇਹ ਸਿਸਟਮ ਚੱਲਦਾ ਸਾਰਾ। ਪਰ ਪਿੰਡਾਂ ਦੇ ਵਿੱਚ ਐਤਕੀ ਦੇਖਣ ਨੂੰ ਇਹ ਮਿਲਿਆ, ਖਾਸ ਕਰਕੇ ਮਾਲਵੇ ਦੇ ਏਰੀਏ 'ਚ, ਵੀ ਸਰਪੰਚ ਆ ਜਿਹੜੇ, ਕੋਈ ਅਕਾਲੀ ਦਲ ਲਈ ਸਰਪੰਚ ਖੜਾ ਜਾਂ ਪੈਂਚ ਖੜਾ ਹੋਣ ਲਈ ਤਿਆਰ ਨਹੀਂ ਸੀ। ਜਿਹੜਾ ਹੋ ਗਿਆ ਖੜਾ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਜਿਹੜੇ ਛੋਟੇ ਮੋਟੇ ਇਲਾਕੇ ਦੇ ਲੀਡਰ ਸੀ, ਅਤੇ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਹਾਰ ਗਏ ਆ। ਇੱਕ ਇਸ ਕਰਕੇ ਇਹ ਕਹਿ ਸਕਦੇ ਹਾਂ ਅਸੀਂ ਅਕਾਲੀ ਦਲ ਦੀ ਆਲਮੋਸਟ ਜਿਹੜੀ ਡਾਊਨ, ਓਪਨ ਲੈਵਲ ਉੱਤੇ ਕਦੇ
ਕੁਐਸਚਨ ਜਿਹੜਾ ਬਾਦਲ ਨੂੰ ਸਿੱਧਾ ਸਵਾਲ ਨਹੀਂ ਸੀ ਜਿਹੜਾ ਇੰਨੇ ਸਾਲਾਂ 'ਚ ਪੋਲੀਟਿਕਸ 'ਚ ਹੋਇਆ, ਉਹ ਸਿੱਧਾ ਸਵਾਲ ਹੁੰਦਾ। ਉਹਦੇ ਟੈਲੀਫੋਨ ਚੱਕਣ ਤੋਂ ਵੀ ਕਈ ਲੀਡਰਾਂ ਨੇ ਜਵਾਬ ਦਿੱਤਾ, ਉਹਨੇ ਕੋਸ਼ਿਸ਼ ਕੀਤੀ ਮਨਾਉਣ ਦੀ ਅਤੇ ਉਹਨਾਂ ਨੂੰ ਉਹਨਾਂ ਨੂੰ ਜਵਾਬ ਦੇ ਦਿੱਤਾ। ਇਹ ਜਿਹੜੀ ਹਾਲਤ ਹੋ ਗਈ ਹੈ, ਇਹ ਪਹਿਲਾਂ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਈ ਅਕਾਲੀ ਦਲ ਦੀ। ਹਾਂ, ਜੇ ਗੱਲ ਕਰੀਏ ਬਰਗਾੜੀ ਮੋਰਚੇ ਦੀ, ਉਸ ਤੋਂ ਪਹਿਲਾਂ ਬੇਅਦਬੀ ਹੋਈ 3 ਸਾਲ ਪਹਿਲਾਂ, ਫਿਰ ਉਹ ਗੋਲੀਕਾਂਡ ਵਾਪਰਿਆ ਬਹਿਬਲ ਕਲਾਂ, ਉਹ ਜਿਹੜਾ ਮਾਮਲਾ ਸੀ ਕਾਫੀ ਗਰਮ ਰਿਹਾ ਇਸ ਸਾਲ ਦੌਰਾਨ, ਉਹ ਕੀ ਸੀ ਫਿਰ ਉਹਦਾ ਕੋਈ ਰਿਜ਼ਲਟ ਵੀ ਨਹੀਂ ਆਇਆ ਜਿਹੜਾ ਬਰਗਾੜੀ ਮੋਰਚਾ ਲੱਗਿਆ ਸੀ, ਇਹਦਾ ਤੁਸੀਂ ਕੀ ਅਨਾਲਿਸਿਸ ਕਰੋਗੇ? ਦੇਖੋ, ਪਹਿਲੀ ਗੱਲ ਤਾਂ ਸਿੱਖਾਂ ਕੋਲ ਕੋਈ ਲੀਡਰਸ਼ਿਪ ਹੈ ਨਹੀਂ, ਸਿੱਖ ਬੇਚੈਨ ਹੈ। ਉਹ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਤੋਂ ਲਗਾਤਾਰ 15 ਤੋਂ ਬੇਚੈਨ ਚੱਲ ਰਿਹਾ ਹੈਗਾ, ਅਤੇ ਸਰਬੱਤ ਖਾਲਸੇ ਨੇ ਵੀ ਇੱਕ ਤਰੀਕੇ ਨਾਲ ਉਹਨਾਂ ਨੂੰ ਧੋਖਾ ਹੀ ਦਿੱਤਾ। ਜਿਹੜਾ ਲੋਕਾਂ ਦੀ ਬੇਚੈਨੀ ਸੀ ਉਹਦਾ ਨਜਾਇਜ਼ ਫਾਇਦਾ ਕੁਛ ਕੁ ਬੰਦਿਆਂ ਨੇ ਉਠਾਇਆ। ਜਿਹੜੇ 5-6 ਬੰਦੇ ਆ, ਜਿਹੜੇ ਪਹਿਲੀ ਖਾੜਕੂ ਲਹਿਰ ਦੇ ਬਚੇ ਖੁਚੇ ਬੰਦੇ ਆ, ਉਹ ਕੁਛ ਨਾ ਕਿਸੇ ਹੇਰਾਫੇਰੀ ਕਰਕੇ ਉਹ ਸਾਰੀ ਗੱਲ ਨੂੰ ਸਿੱਧੇ ਰਸਤੇ ਨਹੀਂ ਪੈਣ ਦਿੰਦੇ ਜਾਂ ਆਪਣਾ ਫਾਇਦਾ ਲੈਣ ਲਈ ਅੱਗੇ ਆ ਜਾਂਦੇ ਆ। ਉਹਨਾਂ ਵਿੱਚੋਂ ਹੀ ਬਰਗਾੜੀ ਮੋਰਚੇ ਵਿੱਚ ਲੋਕ ਆ ਕੇ ਬੈਠ ਗਏ, ਅਤੇ ਬਰਗਾੜੀ ਮੋਰਚੇ ਦੇ ਵਿੱਚ ਵੀ ਉਹਨਾਂ ਨੇ ਹੇਰਾਫੇਰੀ ਕੀਤੀ। ਜੂਨ ਦੇ ਵਿੱਚ ਸ਼ੁਰੂ ਕੀਤਾ, 6-6 ਮਹੀਨੇ ਤੋਂ ਬਾਅਦ ਅਚਾਨਕ ਹੀ ਇੱਕਦਮ ਬੰਦ ਕਰਕੇ ਚਲੇ ਗਏ। ਲੋਕਾਂ ਵਿੱਚ ਨਿਰਾਸ਼ਤਾ ਬਹੁਤ ਹੋਈ। ਬੇਅਦਬੀ ਦੀ ਘਟਨਾਵਾਂ ਦੀ ਗੱਲ ਉੱਥੇ ਦੀ ਉੱਥੇ ਖੜੀ ਹੈ। ਬੇਅਦਬੀ ਦੇ ਵਿੱਚ ਲੋਕਾਂ ਨੂੰ ਉਮੀਦ ਸੀ, ਜਿਵੇਂ ਗੁਟਕੇ ਉੱਤੇ ਸਹੁੰ ਚੁੱਕ ਕੇ ਅਮਰਿੰਦਰ ਸਿੰਘ ਨੇ ਇਲੈਕਸ਼ਨ ਦੇ ਸਮੇਂ ਕਿਹਾ ਸੀ ਵੀ ਮੈਂ ਬੇਅਦਬੀ ਦੀਆਂ ਘਟਨਾਵਾਂ ਨੂੰ 1 ਮਹੀਨੇ ਦੇ ਕੁਛ ਹਫ਼ਤਿਆਂ ਦੇ ਵਿੱਚ ਦੀ ਹੱਲ ਕਰ ਦੂੰ, ਸਜ਼ਾਵਾਂ ਦੇਊਂ। ਕੋਈ ਉਹਨੇ ਸਜ਼ਾ ਨਹੀਂ ਦਿੱਤੀ। ਉਹ ਉਲਟਾ ਇਹ ਹੋ ਗਿਆ ਵੀ ਉਹ ਬਾਦਲ ਨਾਲ ਰਲਿਆ। SIT ਬਣੀ ਸੀਗੀ, ਇੱਕ SIT ਉਹਨੇ ਹੋਰ ਬਣਾਤੀ। ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਅਸੈਂਬਲੀ ਦੇ ਵਿੱਚ ਡਿਸਕਸ ਹੋਈ 8 ਘੰਟੇ, ਬਹੁਤ ਲੋਕਾਂ ਨੂੰ ਉਮੀਦ ਸੀ ਵੀ ਇਸ ਦੇ ਵਿੱਚੋਂ ਸਾਰੇ ਮੁੱਦੇ ਹੁਣ ਨਿਖਰ ਕੇ ਆ ਗਏ, ਅਤੇ ਇਸ ਦੇ ਪਿੱਛੋਂ ਇਹ ਹੁਣ ਇਹ ਹੋਵੇਗਾ ਵੀ ਬਕਾਇਦਾ ਸਜ਼ਾ ਦਿੱਤੀ ਜਾਵੇਗੀ ਬਾਦਲ ਨੂੰ ਜਾਂ ਜਿਹੜੇ ਖਾਸ ਪੁਲਿਸ ਦੇ ਅਫਸਰ ਹੈ। ਪਰ ਅਮਰਿੰਦਰ ਸਿੰਘ ਨੇ ਕੀਤਾ ਇਹ, ਸਰਕਾਰ ਨੇ ਕੀ ਕੀਤਾ ਵੀ ਉਹ ਜਿਹੜੇ ਪੁਲਿਸ ਅਫਸਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਇੱਥੋਂ ਤੱਕ ਕੀਤਾ ਵੀ ਉਹਨਾਂ ਨੂੰ ਐਕਸ ਪਾਰਟੀ ਜਵਾਨਤਾ ਮਿਲ ਗਈਆਂ, ਸਮਾਂ ਮਿਲ ਗਿਆ, ਸਰਕਾਰ ਵੱਲੋਂ ਆਪਦਾ ਕੇਸ ਹੀ ਨਾ ਪੇਸ਼ ਕੀਤਾ ਗਿਆ। ਇਹੋ ਜਿਹੇ ਤਰੀਕੇ ਸਾਰੇ ਕਰਤੇ ਗਏ, ਇਸ ਕਰਕੇ ਬੇਅਦਬੀ ਦਾ ਮਸਲਾ ਉਸੇ ਦੀ ਉਸੇ ਤਰੀਕੇ ਨਾਲ ਲਟਕ ਰਿਹਾ, ਅਤੇ ਉਲਟਾ ਇਹ ਸਾਰਾ ਕੁਛ ਇਹ ਕੀਤਾ ਗਿਆ, ਜਾਣਬੁੱਝ ਕੇ ਕੀਤਾ ਗਿਆ, ਜਿਹਦੇ ਵਿੱਚੋਂ ਇਹ ਨਿਕਲਿਆ ਵੀ ਬਾਦਲ ਅਤੇ ਅਮਰਿੰਦਰ ਦੋਨੋਂ ਇਕੱਠੇ ਆ ਮਿਲੇ ਹੋਏ ਆ। ਇਸ ਕਰਕੇ ਬੇਅਦਬੀ ਦੇ ਘਟਨਾਵਾਂ ਦੇ ਵਿੱਚੋਂ ਕੁਛ ਨਹੀਂ ਨਿਕਲਿਆ। ਸਿੱਖਾਂ ਦੀ ਬੇਚੈਨੀ ਹੋਰ ਵਧੀ ਹੈ। ਇੱਕ ਇਹਦੇ 'ਚੋਂ ਨਿਕਲ ਕੇ ਹੋਰ ਆਈ ਹੈ ਵੀ ਸਿੱਖਾਂ ਕੋਲ ਲੀਡਰਸ਼ਿਪ ਆਪਣੀ ਹੈ ਨਹੀਂ, ਬਿਲਕੁਲ ਕੋਈ ਲੀਡਰਸ਼ਿਪ ਆਪਣੀ ਇਸ ਵਕਤ ਹੈ ਨਹੀਂ। ਇਹ ਲੀਡਰਸ਼ਿਪ ਦਾ ਘਾਟਾ ਵੀ ਬਹੁਤ ਮਹਿਸੂਸ ਹੋਇਆ। ਤੁਹਾਡੀ ਗੱਲ ਅੱਗੇ ਆਪਾਂ ਵਧਾਉਂਦੇ ਹਾਂ। ਅਕਾਲੀ ਦਲ ਬਿਲਕੁਲ ਹਾਸ਼ੀਏ 'ਤੇ ਚਲਾ ਗਿਆ, ਖਾਸ ਕਰਕੇ ਇਹ ਇਸ ਸਾਲ ਦੌਰਾਨ ਤਾਂ ਜ਼ਿਆਦਾ ਚੱਲਿਆ ਗਿਆ। ਲੋਕਾਂ ਨੇ ਬੜਾ ਉਹਨਾਂ ਨਾਲ ਇੱਕ ਨਫ਼ਰਤ ਵਾਲਾ ਵਤੀਰਾ ਰੱਖਿਆ। ਛੋਟਾ ਜਿਹਾ ਅਕਾਲੀ ਦਲ ਟੁੱਟ ਕੇ ਬਣ ਵੀ ਗਿਆ ਟਕਸਾਲੀਆਂ ਦਾ, ਉਹ ਵੀ ਕੋਈ ਲੱਗਦਾ ਨਹੀਂ ਕੋਈ ਵੱਡਾ ਮਾਰਕਾ ਮਾਰੇਗਾ। ਇੱਕ ਜਿਹੜਾ ਲੀਡਰਲੈਸ ਜਾਂ ਪਾਰਟੀਲੈਸ ਪੰਜਾਬ ਹੋ ਗਿਆ, ਇਹਦੇ ਪਿੱਛੇ ਕੀ ਕਾਰਨ ਤੁਸੀਂ ਦੇਖਦੇ ਹੋ? ਕਾਰਨ ਇਹ ਹੈ ਵੀ ਅਸਲ ਵਿੱਚ ਪੰਜਾਬ ਦੇ ਵਿੱਚ ਕੋਸ਼ਿਸ਼ ਇਹ ਆ ਦੋ ਵੱਡੀਆਂ ਪਾਰਟੀਆਂ ਦੀ, ਅਕਾਲੀ ਦਲ ਦੀ ਅਤੇ ਕਾਂਗਰਸ ਦੀ, ਵੀ ਤੀਜੀ ਧਿਰ ਇੱਥੇ ਖੜ੍ਹੀ ਨਾ ਹੋਣ ਦਿੱਤੀ ਜਾਵੇ। ਆਮ ਆਦਮੀ ਪਾਰਟੀ ਦੀ ਬੜੀ ਚੜ੍ਹਤ ਸੀ, ਇਲੈਕਸ਼ਨ ਦੇ ਦਿਨਾਂ 'ਚ 2-4 ਇੰਸੀਡੈਂਟ ਕਰਾ ਕੇ ਉਹਨੂੰ ਵੀ ਖਤਮ ਕਰ ਦਿੱਤਾ ਗਿਆ। ਫਿਰ ਜਿਹੜਾ ਉਹ ਮੁੜ ਕੇ ਫਿਰ ਉਹਨਾਂ ਦੀ ਆਪੋਜੀਸ਼ਨ 'ਚ ਪਾਰਟੀ ਬਣੀ, ਉਹ ਵੀ ਟੁੱਟੀ ਹੈ। 2-3 ਵਾਰ ਤੋਂ ਆਪਣਾ ਆਪੋਜੀਸ਼ਨ ਦਾ ਲੀਡਰ ਨੂੰ ਬਦਲ ਚੁੱਕੇ ਆ। ਇਸ ਕਰਕੇ ਉਹਨਾਂ ਦੀ ਸਾਰੀ ਕੋਸ਼ਿਸ਼ ਇਹ ਹੈ, ਹੁਣ ਪਤਾ ਲੱਗਿਆ ਵੀ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਹੋ ਰਿਹਾ। ਹੁਣ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਪੰਜਾਬ ਦੇ ਵਿੱਚ ਮੁੜ ਕੇ ਆਮ ਆਦਮੀ ਪਾਰਟੀ ਦੀ ਉਹ ਪਹਿਲੇ ਵਾਲੀ ਬੁਕਤ ਬਣ ਸਕੇ। ਉਹਦੇ ਵਿੱਚੋਂ ਜਿਹੜਾ ਟੁੱਟੇ ਹੋਏ ਗਰੁੱਪ ਹੈ ਸੁਖਪਾਲ ਖਹਿਰੇ ਦਾ,
ਅਤੇ ਜਿਹੜਾ ਨੇ ਹੁਣ ਫੈਡਰਲ ਫਰੰਟ ਬਣਾ ਰਹੇ ਆ ਜਿਹਦੇ ਵਿੱਚ ਧਰਮਵੀਰ ਗਾਂਧੀ ਅਤੇ ਐੱਮ ਪੀ ਇਹ ਸਾਰੇ ਬੈਂਸ ਸਾਰੇ ਆ ਰਹੇ ਆ, ਬੈਂਸ ਭਰਾ ਆ ਰਹੇ ਆ, ਇਹ ਕੁਛ ਥੋੜ੍ਹਾ ਜਿਹਾ ਇਸ ਲੱਗਦਾ ਵੀ ਕੁਛ ਇਹਦੇ ਵਿੱਚ ਕੁਛ ਨਵਾਂ ਤੀਜਾ ਫਰੰਟ ਦੇ ਕੁਛ ਬੀਜ ਰੂਪੀ ਕੁਛ ਆਸਾਰ ਦਿਖਾਈ ਦੇ ਰਹੇ ਆ, ਅਤੇ ਇਹਦੇ 'ਚੋਂ ਲੱਗਦਾ ਵੀ ਸ਼ਾਇਦ ਇਹ ਕੋਈ ਚੰਗੀ ਗੱਲ ਨਿਕਲਿਆ ਵੇ, ਇਹ ਕੁਛ ਥੋੜ੍ਹੀ ਜਿਹੀ ਸਿਲਵਰ ਲਾਈਨਿੰਗ ਅਸੀਂ ਕਹਿ ਸਕਦੇ ਹਾਂ। ਪਰ ਇਸ ਲੈਵਲ ਉੱਤੇ ਤੀਜੀ ਧਿਰ ਨੂੰ ਖੜ੍ਹੇ ਹੋਣ ਲਈ ਦੋਨੋਂ ਪਾਰਟੀਆਂ ਅਕਾਲੀ ਦਲ ਅਤੇ ਉਹਦੇ ਨਾਲ ਬੀ ਜੇ ਪੀ ਅਤੇ ਨਾਲ ਕਾਂਗਰਸ ਦੋਨੋਂ ਮਿਲੇ ਹੋਏ ਆਪਸ ਵਿੱਚ ਦੀ ਤੀਜੀ ਧਿਰ ਇੱਥੇ ਆਉਣ ਨਹੀਂ ਦੇਣਾ ਚਾਹੁੰਦੇ। ਤਿੰਨ ਦੋਨੋਂ ਹੀ ਜਿਹੜੀਆਂ ਵੱਡੀਆਂ ਪੋਲੀਟੀਕਲ ਫਾਰਮੇਸ਼ਨ ਹੈ ਦੋਨੋਂ ਨੈਸ਼ਨਲਿਸਟ ਹੈ, ਦੋਨਾਂ ਨੇ ਰੀਜਨਲ ਪਾਰਟੀ ਨੂੰ ਪੰਜਾਬ ਦੇ ਵਿੱਚ ਆਉਣ ਹੀ ਨਹੀਂ ਦੇਣਾ, ਰੀਜਨਲ ਖੇਤਰੀ ਧਿਰ ਬਣਨ ਹੀ ਨਹੀਂ ਦੇਣਾ, ਇਹੀ ਉਹਨਾਂ ਦੀ ਕੋਸ਼ਿਸ਼ ਹੈ। ਅਤੇ ਇਹ ਕੋਸ਼ਿਸ਼ ਵਿੱਚ ਹਜੇ ਤੱਕ ਤਾਂ ਕਾਮਯਾਬ ਹੈ, ਹੋ ਸਕਦਾ ਵੀ ਸ਼ਾਇਦ ਇਹ ਆ ਜਿਹੜੀ ਨਵੀਂ ਫਾਰਮੇਸ਼ਨ ਬਣ ਰਹੀ ਹੈ ਸੁਖਪਾਲ ਖਹਿਰੇ ਵਰਗਿਆਂ ਦੀ, ਅਤੇ ਇਹ ਸ਼ਾਇਦ ਕੁਛ ਕਿਸ ਆਉਂਦੇ ਦਿਨਾਂ ਵਿੱਚ ਕੋਈ ਥੋੜ੍ਹੀ ਬੱਟੀ ਅੱਗੇ ਆ ਜਾਵੇ। ਜਿਹੜਾ 2018 ਦੇ ਬਰੇ ਦੌਰਾਨ ਆਪਾਂ ਸਿਆਸੀ ਤੌਰ 'ਤੇ ਗੱਲ ਕਰੀਏ, ਇਹ ਤਾਂ ਫਿਰ ਜਿਹੜਾ ਖਹਿਰੇ ਹੋਰਾਂ ਦਾ ਹਜੇ ਆਪਾਂ ਉਮੀਦ ਕਹਿ ਸਕਦੇ ਹਾਂ, ਇਹ ਪਰਪੱਕਤਾ ਕੋਈ ਗੱਲ ਹੋਈ ਨਹੀਂ, ਆਪਾਂ ਕਹਿ ਸਕਦੇ ਹਾਂ ਕਿ 2018 ਦਾ ਜਿਹੜਾ ਸਿਆਸੀ ਤੌਰ 'ਤੇ ਜਿਹੜਾ ਬੜਾ ਨਿਖਿੱਧ ਸਾਬਤ ਹੋਇਆ। ਸਿਆਸੀ ਤੌਰ ਉੱਤੇ ਬਿਲਕੁਲ ਹੀ ਕਨਫਿਊਜ਼ਨ ਦਾ ਨਿਖਿੱਧ ਸਿਚੁਏਸ਼ਨ, ਬੜੀ ਘੁਲੀ ਮਿਲੀ, ਅੰਗਰੇਜ਼ੀ 'ਚ ਅਸੀਂ ਫਲਿਊਡ ਸਿਚੁਏਸ਼ਨ ਕਹਿੰਦੇ ਹਾਂ, ਇਸ ਕਿਸਮ ਦੀ ਸਿਚੁਏਸ਼ਨ ਚੱਲ ਰਹੀ ਹੈ, ਇਹਦੇ 'ਚੋਂ ਕੁਛ ਵੀ ਨਿੱਤਰ ਕੇ ਨਹੀਂ ਆਇਆ। ਠੀਕ ਹੈ, ਐਫਰਟਸ ਬਹੁਤ ਹੋ ਰਹੀਆਂ, ਪਰ ਇਹਦੇ ਵਿੱਚੋਂ ਇਹ ਲੱਗਦਾ ਵੀ ਹੁਣ ਹੀ ਨਵੇਂ ਸਾਲ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਚੋਣਾਂ ਆ ਜਾਣਗੀਆਂ ਅਗਲੀਆਂ 19 ਦੀਆਂ ਲੋਕ ਸਭਾ ਦੀਆਂ, ਉਦੋਂ ਕੋਈ ਨਾ ਕੋਈ ਮੂੰਹ ਮੱਥਾ ਬਣ ਸਕਦਾ, ਫਿਲਹਾਲ ਹੈ ਨਹੀਂ। ਇਹ ਫਿਲਹਾਲ ਤਾਂ ਇਹ ਲੱਗਦਾ ਵੀ ਜਿਹੜੀਆਂ ਦੋ ਵੱਡੀਆਂ ਫਾਰਮੇਸ਼ਨ ਹੈ, ਇੱਕ ਫਾਰਮੇਸ਼ਨ ਅਕਾਲੀ ਦਲ ਵਾਲੀ ਟੁੱਟ ਰਹੀ ਹੈ, ਕਾਂਗਰਸ ਵਾਲ ਦੀ ਸ਼ਾਇਦ ਵੱਡੀ ਧਿਰ ਦੇ ਲੈਵਲ 'ਤੇ ਖੜ੍ਹਾ, ਕੋਸ਼ਿਸ਼ ਇਹੀ ਹੋਊ ਉਹਨਾਂ ਦੀ ਵੀ ਅਸੀਂ ਸਭ ਬਹੁਤੀਆਂ ਮੱਲਾਂ ਜਾਂ ਇਲੈਕਸ਼ਨ ਜਿਹੜੀ ਆਉਣ ਵਾਲੀ ਲੋਕ ਸਭਾ ਦੀ ਇਲੈਕਸ਼ਨ 'ਚ ਅਸੀਂ ਜਿੱਤੀਏ, ਜਾਂ ਉਹ ਜਿੱਤ ਜਾਣਗੇ, ਕੁਛ ਅੱਜ ਤੱਕ ਸਾਰੇ ਹੀ ਲੱਗਦੇ ਆ। ਪਰ ਜੇ ਆਪਾਂ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ, ਉਹ ਵੀ ਕੋਈ ਵੱਡੀਆਂ ਨਹੀਂ ਆਪਾਂ ਨੂੰ ਦਿਸਦੀਆਂ। ਜਿਹੜੀ ਨਸ਼ਿਆਂ ਦੀ ਗੱਲ ਹੋਈ ਸੀ, ਨਸ਼ਿਆਂ ਨਾਲ ਬਹੁਤ ਸਾਰੇ ਜਿਹੜੇ ਮੁੰਡੇ ਇਸ 2018 'ਚ ਮਾਰੇ ਗਏ। ਕਿਸਾਨੀ ਕਰਜ਼ੇ ਦੀ ਗੱਲ ਕਰੀਏ, ਕਿਸਾਨਾਂ ਨੇ ਖੁਦਕੁਸ਼ੀਆਂ ਵੀ ਬਹੁਤ ਜ਼ਿਆਦਾ ਕੀਤੀਆਂ। ਤੁਸੀਂ ਇਹ ਦੱਸੋ ਕਿ ਕਿਸਾਨ ਕਰਜ਼ਾ ਉਤਾਰਨ ਦੀ ਜਿਹੜੀ ਜੋ ਵਾਅਦਾ ਕੀਤਾ ਸੀ, ਜਿੰਨੇ ਪੈਸੇ ਰੱਖੇ ਸੀ, ਉਹ ਕਿਸਾਨਾਂ ਦੇ ਜਿਹੜੇ ਮਾਫ਼ ਕਰਤੇ ਜਾਂ ਨਹੀਂ ਕਰਤੇ? ਦੇਖੋ, ਪਹਿਲੀ ਵਾਰੀ ਹੋਇਆ ਵੀ ਕਿਸਾਨਾਂ ਕਿਸੇ ਵੀ ਲੈਵਲ 'ਤੇ, ਅਮਰਿੰਦਰ ਸਿੰਘ ਪਹਿਲੇ ਸਾਲ ਡੇਢ ਸਾਲ ਦੇ ਵਿੱਚ ਹੀ ਇਸ ਤਰੀਕੇ ਦਾ ਨਿਖਿੱਧ ਟਾਈਪ ਦਾ, ਮਤਲਬ ਕਿ ਵੀ ਚੀਫ ਮਿਨਿਸਟਰ ਸਾਬਤ ਹੋਇਆ ਵੀ ਜਿਹੜਾ ਕਿਤੇ ਵੀ ਨਾ ਕਿਸਾਨਾਂ ਲਈ ਨਾ ਕੋਈ ਨੌਕਰੀਆਂ, ਹਰ ਘਰ ਘਰ ਨੌਕਰੀ ਦਾ ਜਿਹੜਾ ਵਾਅਦਾ ਕੀਤਾ ਸੀ ਉਹਦੇ ਵਿੱਚ, ਜਾਂ ਕਿਸੇ ਕਿਸਾਨਾਂ ਦੀਆਂ ਜਿਹੜੀਆਂ ਜਿਹੜਾ ਉਹਨਾਂ ਦਾ ਸੀ ਵੀ ਕਰਜ਼ਾ ਮਾਫ਼ ਕਰਾਂਗੇ, ਉਹ ਵੀ ਥੋੜ੍ਹਾ ਜਿਹਾ ਕਰਜ਼ਾ ਮਾਫ਼ ਕੀਤਾ, 3600 ਕਰੋੜ ਰੁਪਈਆ ਦਿੱਤਾ, ਉਹਦੇ 2 ਲੱਖ ਰੁਪਈਏ ਦਾ ਕਰਜ਼ਾ ਮਾਫ਼ ਕੀਤਾ, ਕੁਛ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ, ਕਿਹਾ ਜਾਂਦਾ ਹੋਰ ਕੀਤਾ ਜਾਊ। ਪਰ ਲੋਕਾਂ ਦੇ ਵਿੱਚ, ਕਿਸਾਨੀ ਵਿੱਚ ਵੀ ਬਹੁਤ ਵੱਡੀ ਨਿਰਾਸ਼ਤਾ ਹੈ। ਤੁਸੀਂ ਦੇਖੋ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਜਿਹੜੇ ਪਰਨੋਟ, ਜਾਲੀ ਪਰਨੋਟ ਭਰਵਾ ਲੈਂਦੇ ਆ, ਜਾਂ ਇਹ ਆੜਤੀਏ ਭਰਵਾ ਲੈਂਦੇ ਆ, ਜਾਂ ਜਿਹੜੇ ਸ਼ਾਹੂਕਾਰ ਆ ਚੈੱਕ ਵੀ ਲੈਂਦੇ ਸੀ ਵੀ ਇਹ ਪ੍ਰਥਾ ਬੰਦ ਕੀਤੀ ਜਾਊਗੀ, ਆੜਤੀਆ ਸਿਸਟਮ ਨੂੰ ਖਤਮ ਕੀਤਾ ਜਾਊ, ਵਿਚਾਲੇ ਵਿਚੋਲੀਏ ਬਿਨਾਂ ਮਤਵਲ ਤੋਂ ਪੈਸੇ ਲੈ ਜਾਂਦੇ ਆ, ਉਹ ਵੀ ਨਹੀਂ ਖਤਮ ਹੋਇਆ, ਉਹੀ ਬਾਦਲ ਵਾਲਾ ਸਾਰਾ ਕੁਛ ਕੰਟੀਨਿਊ ਬਾਦਲ ਸਰਕਾਰ ਵਾਲਾ ਸ਼ੁਰੂ ਹੋ ਰਿਹਾ। ਇਸ ਕਰਕੇ ਇਹ ਜਿਹੜੀ ਉਮੀਦ ਸੀ ਇਹਦੇ ਤੋਂ ਵੀ ਇਹ ਲੋਕਾਂ ਦੀ ਇਹੋ ਜਿਹਾ ਬਿੱਲ ਬਣਾਇਆ ਜਾਊ ਵੀ ਕੁਰਕੀਆਂ ਨਾ ਹੋਇਆ ਕਰਨਗੀਆਂ ਲੋਕਾਂ ਦੀਆਂ,
ਬੈਂਕ ਮੁਲਾਜ਼ਮ ਜਾਂ ਹੋਰ ਕੁਰਕੀਆਂ ਜਾ ਕੇ ਉੱਥੇ ਲੋਕਾਂ ਦੀ ਜ਼ਮੀਨਾਂ ਨੂੰ ਕੁਰਕੀ ਨਹੀਂ ਕਰਨਗੇ। ਇਹਦੇ 'ਚ ਵੀ ਕੋਈ ਹਜੇ ਤੱਕ ਕੋਈ ਕਾਨੂੰਨ ਨਹੀਂ ਬਣਾਇਆ ਗਿਆ, ਕੋਈ ਧਾਰਾ ਨਹੀਂ ਖਤਮ ਕੀਤੀਆਂ ਗਈਆਂ ਕੁਰਕੀ ਵਾਲੀਆਂ ਸਾਰੀਆਂ। ਇਸ ਕਰਕੇ ਕਿਸਾਨੀ ਵਿੱਚ ਤਾਂ ਬਹੁਤ ਜ਼ਿਆਦਾ ਇਸ ਕਿਸਮ ਦੀ ਨਿਰਾਸ਼ਤਾ ਫੈਲੀ ਹੋਈ ਹੈ। ਕੋਈ ਉਮੀਦ ਨਹੀਂ ਲੱਗਦੀ ਉਹਨਾਂ ਤੋਂ ਵੀ ਕੈਪਟਨ ਦੀ ਸਰਕਾਰ ਕੁਛ ਕਰ ਦੇਗੀ। ਅਤੇ ਜਿੱਥੋਂ ਤੱਕ ਨਸ਼ਿਆਂ ਦਾ ਸੰਬੰਧ ਹੈ, ਨਸ਼ਿਆਂ ਵਿੱਚ ਵੀ ਵੱਡੇ ਵੱਡੇ ਵਾਅਦੇ ਸੀਗੇ, ਨਸ਼ੇ ਉਦੋਂ ਵੀ ਵੱਡੀ ਗਿਣਤੀ ਵਿੱਚ ਆ ਰਹੇ ਆ, ਅਤੇ ਓਵਰਡੋਜ਼ ਖਾ ਕੇ ਬਹੁਤਾ ਨਸ਼ਾ ਕਰਕੇ ਦਿਨ ਰਾਤ ਰਿਪੋਰਟਾਂ ਆ ਰਹੀਆਂ, ਕਿਸਾਨੀ ਦੇ ਸੂਸਾਈਡ ਦੀਆਂ ਆ ਰਹੀਆਂ। ਕਿਸੇ ਵੀ ਲੈਵਲ 'ਤੇ ਅਸੀਂ ਕਹਿ ਨਹੀਂ ਸਕਦੇ। ਜੇ ਅਸੀਂ ਇੰਪਲਾਈਜ਼ ਦੀ ਗੱਲ ਕਰੀਏ ਤਾਂ ਹੁਣੇ ਜਿਹੜਾ ਟੀਚਰਾਂ ਦਾ ਇੱਥੇ ਹੋ ਕੇ ਹਟਿਆ ਗਾ ਮੁਜ਼ਾਹਰਾ ਕਾਫੀ ਵੱਡਾ, ਸਰਕਾਰ ਨੇ ਪੂਰੀ ਕੋਸ਼ਿਸ਼ ਕਰਕੇ ਉਹਨਾਂ ਦੀਆਂ ਕਿਸੇ ਵੀ ਮੰਗ ਮੰਨਣ ਨਾਲੋਂ ਉਹਨਾਂ ਨੂੰ ਤੋੜਨਾ, ਉਹਨਾਂ ਨੂੰ ਖਦੇੜ ਦੇਣਾ, ਉਹਨਾਂ ਨੂੰ ਭਜਾ ਦੇਣਾ, ਇਹ ਸਾਰੀ ਪਾਲਿਸੀ ਅਡਾਪਟ ਕੀਤੀ ਹੈ। ਅਤੇ ਇਹਦੇ ਵਿੱਚ ਉਹ ਕਿੰਨੇ ਮੁਲਾਜ਼ਮ ਦਾ ਤਾਂ ਇੱਕ ਖਾਸ ਸਮਰੱਥਾ ਹੁੰਦੀ ਹੈ, ਉਸ ਤੋਂ ਅੱਗੇ ਟੁੱਟ ਵੀ ਜਾਂਦੇ ਆ ਅਤੇ ਉਹਨਾਂ ਨੂੰ ਤੋੜਨ ਵਿੱਚ ਇਹ ਆਪਦੀ ਸਕਸੈਸ ਸਮਝੀ ਜਾਂਦੀ ਹੈ। ਕੀ ਕਾਰਨ ਹੈ ਕਿ 2018 ਦਾ ਜਿਹੜਾ ਵਰ੍ਹਾ ਕੈਪਟਨ ਸਰਕਾਰ ਲਈ ਇੱਕ ਫਾਇਦੇਮੰਦ ਹੋਇਆ? ਕਿੰਨਾ ਕੁਛ ਹੋ ਰਿਹਾ, ਕਿੰਨੇ ਭਾਣੇ ਵਾਪਰ ਗਏ, ਕਿੰਨੀਆਂ ਖੁਦਕੁਸ਼ੀਆਂ ਹੋ ਗਈਆਂ, ਕਿੰਨੇ ਨੌਜਵਾਨਾਂ ਦੀ ਜਾਨ ਚਲੀ ਗਈ, ਔਰ ਬੇਰੁਜ਼ਗਾਰ ਨੌਜਵਾਨ ਵਿਦੇਸ਼ਾਂ ਨੂੰ ਦੌੜਨ ਲੱਗ ਗਏ? ਕੈਪਟਨ ਸਰਕਾਰ ਖਿਲਾਫ਼ ਕੋਈ ਉਹਨਾਂ ਵਿਦਰੋਹ ਹਜੇ ਪੈਦਾ ਨਹੀਂ ਹੋਇਆ? ਉਹ ਇਹ ਵੀ ਹੋ ਸਕਦਾ ਕਿ ਅਗਲੇ ਸਾਲ ਤੋਂ ਪੈਦਾ ਹੋ ਜਾਵੇ, 2019 ਦੀਆਂ ਚੋਣਾਂ 'ਚ ਲੋਕ ਆਪਣਾ ਵਿਰੋਧ ਜ਼ਾਹਰ ਕਰ ਦੇਣ। ਤੁਹਾਨੂੰ ਨਹੀਂ ਲੱਗਦਾ ਕਿ ਕੈਪਟਨ ਲਈ ਤਾਂ ਇਹ ਜਿਹੜਾ ਵਰ੍ਹਾ ਸੀ ਇਹ ਵਧੀਆ ਰਿਹਾ? ਦੇਖੋ, ਕੈਪਟਨ ਦੇ ਜਿਹੜੇ ਕਾਂਗਰਸ ਵਾਲੇ ਬੰਦੇ ਆ, ਜਿਹੜਾ ਮਿਨਿਸਟਰ ਹੈ ਜਾਂ ਕਾਂਗਰਸ ਦੇ ਹੁਣ ਰਾਜ ਕਰਨ ਵਾਲੇ ਹਾਕਮ ਹੈ, ਉਹ ਸਾਰੇ ਕਹਿੰਦੇ ਆ ਵੀ ਸਾਡੀ ਤਾਂ ਅਪੋਜੀਸ਼ਨ ਹੀ ਹੈ ਨਹੀਂ। ਅਕਾਲੀ ਦਲ ਤਾਂ ਖੇਰੂੰ ਖੇਰੂੰ ਹੋ ਗਿਆ, ਬਾਦਲ ਅਕਾਲੀ ਦਲ, ਆਮ ਆਦਮੀ ਪਾਰਟੀ ਵੀ ਖਤਮ ਹੋ ਗਈ ਖੇਰੂੰ ਖੇਰੂੰ। ਸਾਡੀ ਤਾਂ ਅਪੋਜੀਸ਼ਨ ਹੈ ਨਹੀਂ, ਜੋ ਅਸੀਂ ਮਰਜ਼ੀ ਕਰ ਰਹੇ ਹਾਂ, ਜੋ ਅਸੀਂ ਮਰਜ਼ੀ ਕਰ ਰਹੇ, ਸਾਡੀ ਵਿਰੋਧ ਕਰਨ ਵਾਲਾ ਹੈ ਨਹੀਂ। ਅੱਜ ਕੱਲ੍ਹ ਇੱਕ ਨਵਾਂ ਸਿਸਟਮ ਜਿਹੜਾ ਅੱਜ ਦੀ ਪੋਲੀਟਿਕਸ ਵਿੱਚ ਦੇਖਿਆ, ਨਵਾਂ ਸਿਸਟਮ ਇਹ ਆ ਗਿਆ ਵੀ ਤੁਸੀਂ ਵਿਰੋਧੀ ਨੂੰ ਪਾਰਟੀ ਨੂੰ ਖੇਰੂੰ ਖੇਰੂੰ ਕਰੋ, ਆਪੋਜੀਸ਼ਨ ਨੂੰ ਤੋੜੋ, ਸਾਰੀ ਕੋਸ਼ਿਸ਼ ਉਹਦੇ ਵੱਲ ਹੀ ਕਰੋ ਤਾਂ ਕਿ ਕੋਈ ਵੀ ਕਿਸੇ ਕਿਸਮ ਦੀ ਜਥੇਬੰਦਕ ਵਿਰੋਧ ਤੁਹਾਡੇ ਵੱਲ ਹੋ ਨਾ ਸਕੇ। ਇਹੀ ਕੋਸ਼ਿਸ਼ ਹੈ, ਇਹਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਅਮਰਿੰਦਰ ਕਾਮਯਾਬ ਹੈ। ਅਤੇ ਇਸੇ ਕਰਕੇ ਉਹ ਜਿਹੜੀ ਬੋਲੀ ਬੋਲ ਰਿਹਾ ਉਹ ਸਾਰੀ ਬਿਲਕੁਲ ਹੀ ਹੁਣ ਜਿਵੇਂ ਵੀ ਆਉਂਦੇ 2019 ਦੀਆਂ ਇਲੈਕਸ਼ਨਾਂ ਲਈ ਉਹਨੇ ਵੋਟ ਬੈਂਕ ਤਿਆਰ ਕਰਨਾ, ਉਹ ਬੋਲੀ ਬੋਲ ਰਿਹਾ, ਜਿਹੜੀ ਕਿ ਖਾਸ ਕਰਕੇ ਕਰਤਾਰਪੁਰ ਸਾਹਿਬ ਦੇ ਜਿਹੜਾ ਕੋਰੀਡੋਰ ਆ ਲਾਂਘਾ, ਉਹਦੇ ਉੱਤੇ ਉਹਦੀ ਬੋਲੀ ਬਿਲਕੁਲ ਹੀ ਉਹੀ ਬੋਲੀ ਹੈ ਜਿਹਦੇ 'ਚ ਉਹਨੂੰ ਐਂ ਲੱਗਦਾ ਵੀ ਵੋਟ ਬੈਂਕ ਹੁਣ ਤਿਆਰ ਕਰਾਂ ਅਤੇ ਜਿਹੜਾ ਪੰਜਾਬੀ ਹਿੰਦੂ ਪਾਪੂਲੇਸ਼ਨ ਹੈ ਉਹਦੇ ਵਿੱਚ ਮੇਰਾ ਵੋਟ ਬੈਂਕ ਸੋਲਿਡ ਹੋ ਜਾਏ। ਅਤੇ ਉਹਨੇ 'ਚ ਉਹਨੇ ਵੋਟ ਬੈਂਕ ਦੀ ਬੋਲੀ ਬੋਲਦਾ। ਸਿੱਖਾਂ ਵਿੱਚ ਸਿੱਖਾਂ ਦੇ ਐਂਟੀ ਸਿੱਖ ਉਹਨੇ ਫੇ ਇਹੋ ਜਿਹਾ ਇਹੋ ਜਿਹੀਆਂ ਅਨਾਊਂਸਮੈਂਟ ਕੀਤੀਆਂ ਜਿਵੇਂ ISI ਦਾ ਖਤਰਾ ਹੈ ਪਾਕਿਸਤਾਨ ਤੋਂ, ਜਾਂ ਪਾਕਿਸਤਾਨ ਇੱਕ ਹੇਰਾਫੇਰੀ ਕਰ ਰਿਹਾ, ਸਾਜ਼ਿਸ਼ ਕਰ ਰਿਹਾ ਲਾਂਘਾ ਖੋਲ੍ਹ ਕੇ, ਉਹ ਸਾਰਾ ਕੁਝ ਜਿਹੜਾ ਉਹਨੇ ਬੋਲਿਆ ਹੈਗਾ ਉਹ ਸਾਰਾ ਇੱਕ ਧਿਰ ਦੇ ਵਿੱਚ ਆਪਦਾ ਵੋਟ ਬੈਂਕ ਤਿਆਰ ਕਰਨਾ। ਅਤੇ ਸਿੱਖਾਂ ਵਿੱਚ ਉਹਨੂੰ ਪਤਾ ਹੈ ਵੀ ਉਹਨਾਂ ਵਿੱਚੋਂ ਕੁਛ ਹਿੱਸਾ ਉਹਨੂੰ ਵੋਟ ਪਾਊ, ਸਾਰਾ ਪਾਉਂਦਾ ਨਹੀਂ, ਉਹਨਾਂ ਕੇ ਹਿੱਸਾ ਜਿਹੜਾ ਹੁੰਦਾ ਵਫ਼ਾਦਾਰ ਜਿਹੜੇ ਖਾਸ ਸਿਪਾਹੀ ਹੁੰਦੇ ਆ ਸਿੱਖਾਂ 'ਚ ਵੀ ਹੈਗੇ ਆ, ਅਤੇ ਉਹ ਉਹਦੇ ਨਾਲ ਲੱਗ ਜਾਣਗੇ। ਇਸ ਕਰਕੇ ਉਹ ਵੋਟ ਬੈਂਕ ਦੀ ਪੋਲੀਟਿਕਸ ਅਗਲੀ ਖੇਡਣ ਲੱਗ ਗਿਆ, ਅਤੇ ਉਹਨੂੰ ਪਤਾ ਵੀ ਮੈਨੂੰ ਕੋਈ ਅਪੋਜੀਸ਼ਨ ਨਹੀਂ, ਮੈਨੂੰ ਕੋਈ ਖਤਰਾ ਨਹੀਂ। ਪਰ ਜੇ ਆਪਾਂ ਲੰਘੇ ਬਰੇ ਦੀ ਗੱਲ ਕਰੀਏ, ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਉਹ ਖੁੱਲ੍ਹਣ ਦੀ ਗੱਲ ਚੱਲੀ, ਨਵਜੋਤ ਸਿੰਘ ਸਿੱਧੂ ਨੂੰ ਇਹਦਾ ਸ਼ੇਰਾ ਜਾਂਦਾ ਹੈ, ਪਰ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਇਹਨੂੰ ਤਾਰ ਪੀਟੋ ਕਰਨਾ ਚਾਹੁੰਦੇ ਆ। ਇਹ ਵੀ ਹੋ ਸਕਦਾ ਕਿ ਕੈਪਟਨ ਲਈ ਨਵਜੋਤ ਸਿੰਘ ਸਿੱਧੂ ਵੱਡੀ ਚੁਣੌਤੀ ਬਣਦਾ ਹੋਵੇ ਸਿਆਸੀ ਤੌਰ 'ਤੇ, ਉਹ ਕੈਪਟਨ ਇਸ ਕਰਕੇ ਨਾ ਚਾਹੁੰਦੇ ਹੋਣ ਕਿ ਕਰਤਾਰਪੁਰ ਲਾਂਘਾ ਨਾ ਖੁੱਲ੍ਹੇ, ਤਾਂ ਕਿ ਜਿਹੜਾ ਸਿੱਧੂ ਹੀਰੋ ਬਣ ਜਾਏਗਾ ਉਹ ਸਾਡਾ ਭਵਿੱਖ ਦੀ ਜਿਹੜੀ ਕਮਾਂਡ ਹੈ ਪੰਜਾਬ ਦੀ ਸਿੱਧੂ ਦੇ ਹੱਥ ਚਲੀ ਜਾਵੇ? ਇਹ ਸਿਆਸੀ ਗਿਣਤੀਆਂ ਮਿਣਤੀਆਂ 'ਚੋਂ ਕਿਤੇ ਕੈਪਟਨ ਅਮਰਿੰਦਰ ਵਿਰੋਧ ਤਾਂ ਨਹੀਂ ਕਰਦਾ ਇਹਦਾ? ਬਿਲਕੁਲ ਠੀਕ ਹੈ, ਗਿਣਤੀਆਂ ਮਿਣਤੀਆਂ ਵੀ ਹੈ ਸਾਰੀ ਗੱਲ ਦੀਆਂ। ਪਹਿਲੀ ਗੱਲ ਤਾਂ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਬਹੁਤ ਵੱਡੀ ਪ੍ਰਾਪਤੀ ਹੈ ਇਸ ਸਾਲ ਦੀ,
ਕਿਉਂਕਿ ਜੇ ਅਸੀਂ ਸਿੱਖੀ ਦਾ ਸ਼ੁਰੂਆਤ ਦੇਖੀਏ ਜਾਂ ਸਿੱਖੀ ਨੂੰ ਅਸੀਂ ਕਹੀਏ ਵੀ ਸੰਗਠਿਤ ਰੂਪ ਦੇ ਵਿੱਚ ਉਹ ਪੰਥ ਦੇ ਕੇ ਜਾਂ ਇੱਕ ਵੱਖਰੇ ਧਰਮ ਦੇ ਲੈਵਲ 'ਤੇ ਉਭਰਿਆ, ਤਾਂ ਉਹ ਕਰਤਾਰਪੁਰ ਸਾਹਿਬ ਦੀ ਕਰਮ ਭੂਮੀ ਸੀ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਸਾਰਾ ਉੱਥੇ 17-18 ਸਾਲ ਰਹਿ ਕੇ ਉੱਥੇ ਸਾਰਾ ਕੀਤਾ, ਉਸ ਤੋਂ ਹੀ ਸਾਰਾ ਸ਼ੁਰੂਆਤ ਹੋਈ। ਉਹ ਜਿਹੜਾ ਅਸਲ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਵੀ ਸਾਰੇ ਤੀਰਥ ਸਥਾਨਾਂ ਨਾਲੋਂ ਸਿੱਖਾਂ ਲਈ ਉਹ ਵੱਡਾ ਸਥਾਨ ਹੈ, ਪਰ ਉਹ ਛੱਡੀ ਬੈਠੇ ਸੀਗੇ ਸਾਰਾ। ਇਸ ਲਈ ਇੰਨੇ ਸਾਲਾਂ ਬਾਅਦ, 70 ਸਾਲਾਂ ਬਾਅਦ ਉੱਥੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਣਾ ਬਹੁਤ ਵੱਡੀ ਪ੍ਰਾਪਤੀ ਹੈ ਸਿੱਖਾਂ ਲਈ। ਪਰ ਇਹਨੇ ਕੋਈ ਕੋਸ਼ਿਸ਼ ਨਹੀਂ ਛੱਡੀ ਵੀ ਇਹ ਲਾਂਘੇ ਵਿੱਚ ਕੋਈ ਨਾ ਕੋਈ ਉਡੀਕੇ, ਰਿਸਟ੍ਰਿਕਸ਼ਨਾਂ, ਹਲਡਲਾਂ ਪਾਈਆਂ ਜਾਣ, ਰੁਕਾਵਟਾਂ ਪਾਈਆਂ ਜਾਣ। ਅਮਰਿੰਦਰ ਸਿੰਘ ਨੇ ਪੂਰੀਆਂ ਰੁਕਾਵਟਾਂ ਪਾਈਆਂ, ਠੀਕ ਹੈ, ਇਹਦੇ ਵਿੱਚੋਂ ਇਹ ਦੇਣਾ ਚਾਹੁੰਦਾ ਸੀ ਵੀ ਕਿਤੇ ਸਾਰਾ ਇਹਦਾ ਸਿਹਰਾ ਨਵਜੋਤ ਸਿੱਧੂ ਨੂੰ ਨਾ ਚਲਾ ਜਾਵੇ ਅਤੇ ਮੈਨੂੰ ਉਹ ਪਾਰਟੀ ਵਿੱਚ ਪਿੱਛੇ ਨਾ ਛੱਡ ਜੇ। ਪਰ ਇਹਦੀ ਆਪਣੀ ਕੋਸ਼ਿਸ਼ ਦੇ ਵਿੱਚ ਨਾਲ ਨਾਲ ਦੂਜੀ ਕੋਸ਼ਿਸ਼ ਵੀ ਬਰਕਰਾਰ ਸੀ, ਵੋਟ ਬੈਂਕ ਇਹਨੇ ਕਿੱਥੇ ਤਿਆਰ ਕਰਨਾ। ਇਹਨੂੰ ਲੱਗਦਾ ਉਹ ਵੋਟ ਬੈਂਕ ਜਿਹੜਾ ਤਿਆਰ ਕਰਨਾ ਪੰਜਾਬ ਦੇ ਵਿੱਚ, ਉਹ ਵੀ ਇਹਦੀ ਕੋਸ਼ਿਸ਼ ਹੈ ਜਿਹੜੀ ਕਿ ਕਾਂਗਰਸ ਪਹਿਲਾਂ ਤੋਂ ਹੀ ਕਰਦੀ ਆਈ ਹੈ। ਕਾਂਗਰਸ ਅੱਜ ਦੀ ਨਹੀਂ ਕਰਦੀ, ਇੰਦਰਾ ਗਾਂਧੀ ਕਾਂਗਰਸ ਤੋਂ ਪਹਿਲਾਂ ਤੋਂ ਹੀ, ਈਵਨ ਪੰਜਾਬੀ ਸੂਬਾ ਬਣਨ ਵੇਲੇ ਤੋਂ ਹੀ ਕੋਸ਼ਿਸ਼ ਇਹ ਹੁੰਦੀ ਸੀਗੀ ਵੀ ਪੰਜਾਬੀ ਸੂਬੇ ਵਿਰੁੱਧ ਕੁਛ ਹਿੰਦੂ ਲੀਡਰਾਂ ਨੂੰ ਖੜਾ ਕਰ ਦੇਣਾ, ਵੀ ਪੰਜਾਬੀ ਸੂਬਾ ਮਿਲਣਾ ਨਹੀਂ ਚਾਹੀਦਾ। ਉਹਨਾਂ ਦੇ ਜ਼ਰੀਏ ਇੱਕ ਕਾਂਗਰਸ ਦਾ ਬੇਸ ਇੱਥੇ ਵੱਡਾ ਸੋਲਿਡ ਬਣਿਆ ਰਿਹਾ, ਜਲੰਧਰ, ਅੰਮ੍ਰਿਤਸਰ, ਸਾਰੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ। ਉਹੀ ਜਿਹੜੀ ਸਟ੍ਰੈਟਜੀ, ਰਣਨੀਤੀ ਹੈ, ਇਹ ਵੀ ਅਮਰਿੰਦਰ ਉਸੇ ਰਣਨੀਤੀ 'ਤੇ ਕੰਮ ਕਰ ਰਿਹਾ। ਪਰ ਸਿੱਧੂ ਸਾਹਿਬ, ਜਦੋਂ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲਾਂ ਜੋ ਵਿਧਾਨ ਸਭਾ ਚੋਣਾਂ ਹੋਈਆਂ ਸੀ, ਇੱਦਾਂ ਉਹਨਾਂ ਨੇ ਪ੍ਰਚਾਰ ਕੀਤਾ ਸੀ ਲੋਕਾਂ 'ਚ ਜਾ ਕੇ ਕਿ ਪੰਜਾਬ ਨੂੰ ਬਚਾਉਣਾ, ਸਾਡੀ ਜਵਾਨੀ ਬਚਾਉਣੀ ਆ, ਕਿਸਾਨੀ ਬਚਾਉਣੀ ਆ, ਉਹ ਗੱਲਾਂ ਤਾਂ ਫਿਰ ਨਹੀਂ ਰਹੀਆਂ, ਉਹ ਮਨਫੀ ਹੋ ਗਈਆਂ ਗੱਲਾਂ ਸਿਆਸਤ ਦੇ ਵਿੱਚੋਂ? ਬਿਲਕੁਲ ਮਨਫੀ ਹੋ ਗਈਆਂ ਸਾਰੀਆਂ। ਅਸੀਂ ਜੇ ਸਾਰੇ ਨੂੰ ਸਮ ਅਪ ਕਰੀਏ ਸਾਰਾ ਵੀ ਇਹ 18 ਬਣਦਾ ਕੀ, 18 ਦਾ ਪੂਰਾ ਸਾਲ 'ਚ ਕੀ ਹੋਇਆ, ਕੋਈ ਵਾਅਦਾ ਵੀ ਕਿਸੇ ਲੈਵਲ 'ਤੇ ਪੂਰਾ ਨਹੀਂ ਕੀਤਾ ਗਿਆ। ਸਿਰਫ ਛੋਟੇ ਮੋਟੇ ਜਿਹੜੇ ਕਿਸਾਨਾਂ ਦੇ ਕਰਜ਼ੇ ਹੋਏ, ਇੰਨਾ ਕਹਿ ਵੀ ਜਿਹਦੇ 'ਚ ਉਹ ਸਟੇਜਾਂ ਉੱਤੇ ਖੜ੍ਹ ਕੇ ਕੁਛ ਕਹਿਣ ਲਈ ਉਹ ਥੋੜ੍ਹਾ ਜਿਹਾ ਕਰ ਦੇਣ, ਇੰਨਾ ਕੁ ਕੀਤਾ ਉਹਨਾਂ ਨੇ, ਕਿਸੇ ਵੀ ਲੈਵਲ ਉੱਤੇ ਨਹੀਂ ਹੋ ਸਕਿਆ, ਕੋਈ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ। ਉਲਟਾ ਇਹ ਹੋਇਆ ਵੀ ਬੇਅਦਬੀਆਂ ਦੇ ਘਟਨਾਵਾਂ ਜਿਹੜੀਆਂ ਹੈ ਬੜੀਆਂ ਲੋਕਾਂ ਲਈ, ਖਾਸ ਕਰਕੇ ਚਿੰਤਾ ਦਾ ਵਿਸ਼ਾ ਸੀ ਔਰ ਬੜਾ ਦੁੱਖ ਦਰਦ ਸੀਗਾ, ਉਹਨੂੰ ਵੀ ਇਹਨਾਂ ਨੇ ਟਾਲਣ ਦੀ ਕੋਸ਼ਿਸ਼ ਕੀਤੀ ਆ ਸਾਰਾ। ਉਹਦੇ ਵਿੱਚੋਂ ਵੀ ਇੱਕ ਪ੍ਰੋਪੋਗੰਡਾ ਦਾ ਫਾਇਦਾ ਲੈਣ ਦੀ ਗੱਲ ਕੀਤੀ ਜਿਹਦੇ ਨਾਲ ਅਕਾਲੀ ਦਲ ਟੁੱਟ ਸਕੇ, ਬਸ ਅਕਾਲੀ ਦਲ ਉੱਤੇ ਨੂੰ ਇਸ ਦਾ ਸਾਰੀ ਗੱਲ ਦਾ ਦੋਸ਼ੀ ਸਾਬਤ ਕੀਤਾ ਜਾ ਸਕੇ ਵੀ ਘਟਨਾਵਾਂ ਦਾ ਦੋਸ਼ੀ ਉਹ ਹੀ ਹੈ, ਉਹਦੇ ਕਰਕੇ ਹੋਈਆਂ, ਆਪ ਨਹੀਂ ਉਹਦੇ 'ਚ ਕੁਛ ਕੀਤਾ। ਇਸ ਕਰਕੇ 18 ਦਾ ਪੂਰਾ ਵਰ੍ਹਾ ਬਹੁਤ ਵੱਡੀਆਂ ਕੋਈ ਪ੍ਰਾਪਤੀਆਂ ਨਹੀਂ ਇਹਦੇ ਵਿੱਚ, ਇੱਕ ਪ੍ਰਾਪਤੀ ਹੋਰ ਹੋਈ ਹੈ, ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ, ਦੂਜੀ ਪ੍ਰਾਪਤੀ ਹੋਈ ਹੈ ਜਿਹੜੀ ਅਸੀਂ ਕਹਿ ਦਈਏ ਸਿੱਖਾਂ ਲਈ ਕੰਸੋਲੇਸ਼ਨ ਥੋੜ੍ਹੀ ਜਿਹੀ ਮਿਲੀ ਹੈ, ਉਹ ਹੈ ਵੀ ਸੱਜਣ ਕੁਮਾਰ ਨੂੰ ਜਿਹੜੀ ਸਜ਼ਾ ਹੋ ਗਈ ਹੈ, ਸਜ਼ਾ ਵੀ ਉਸ ਨੂੰ ਇਸ ਲੈਵਲ 'ਤੇ ਹੋਈ ਹੈ ਵੀ ਕੋਰਟ ਨੇ, ਜਦੋਂ ਇਸ ਕੋਰਟ ਦੇ ਦੋ ਜੱਜਾਂ ਨੇ ਆਪਣਾ ਜਿਹੜਾ ਟੋਟਲ ਆਪਣਾ ਫੈਸਲਾ ਸੁਣਾਉਣ ਵੇਲੇ ਟੈਕਨੀਕਲ ਗੱਲਾਂ ਦਾ ਸਹਾਰਾ ਨਹੀਂ ਲਿਆ, ਉਹਨਾਂ ਨੇ ਹਿਸਟਰੀ, ਕਲਚਰ ਅਤੇ ਹੋਰ ਜਿਹੜੇ ਹਿਊਮਨ ਐਲੀਮੈਂਟ ਦੀ ਗੱਲਬਾਤ ਸੀ ਉਹਨਾਂ ਦਾ ਸਹਾਰਾ ਲਿਆ। ਇਸ ਕਰਕੇ ਉਹਨਾਂ ਦੀ ਸਾਰੇ ਫੈਸਲੇ ਵਿੱਚ ਵੀ ਦਰਜ ਹੈ ਇਹ ਸਾਰੀਆਂ ਗੱਲਾਂ, ਅਤੇ ਇਸੇ ਕਰਕੇ ਉਹ ਸੱਜਣ ਕੁਮਾਰ ਨੂੰ ਇਹ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾ ਸਕੇ ਆ, ਨਹੀਂ ਤਾਂ ਕੋਈ ਗੱਲਬਾਤ ਹੈ ਨਹੀਂ ਸੀਗੀ। ਬੇਸ਼ੱਕ ਉਹ ਸਜ਼ਾ ਦੇ ਪਿੱਛੇ ਜਿਹੜੀ ਸਾਰੀ ਕਹਾਣੀ ਹੈ ਉਹ BJP ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਾਂਗਰਸ ਉੱਤੇ ਪ੍ਰੋਪੋਗੰਡਾ, ਇੱਕ ਹਮਲਾ ਕਰਨ ਦਾ
ਵੀ ਇਸ ਵਿੱਚੋਂ ਕੁਛ ਨਾ ਕੁਛ ਨਿਕਲੂਗੀ, ਤਾਂ ਜਾ ਕੇ ਦੁਬਾਰਾ ਕਮਿਸ਼ਨ ਬਹਾਇਆ, ਨਾਨਾਵਤੀ ਕਮਿਸ਼ਨ ਬਹਾਇਆ, ਜਾਂ ਫਿਰ CBI ਦੀਆਂ ਇਨਕੁਆਇਰੀਆਂ ਦੁਬਾਰਾ ਸ਼ੁਰੂ ਕੀਤੀਆਂ, ਜਿਨ੍ਹਾਂ 'ਚ ਸੱਜਣ ਕੁਮਾਰ ਨੂੰ 2010 ਦੇ ਵਿੱਚ ਛੱਡ ਹੀ ਦਿੱਤਾ ਸੀ, ਬਰੀ ਕਰ ਦਿੱਤਾ ਸੀ, ਉਦੋਂ ਪਿੱਛੋਂ ਦੁਬਾਰਾ ਇਹ ਕਾਂਗਰਸ ਦਾ ਦੇ ਅਗੇਂਸਟ ਇਹ ਪ੍ਰੋਪੋਗੰਡਾ ਕਰਨ ਲਈ, ਉਹਦੇ ਵਿਰੁੱਧ ਪ੍ਰੋਪੋਗੰਡੇ ਲਈ ਇਹ ਸਾਰਾ ਕੁਛ ਕੀਤਾ ਗਿਆ। ਅਤੇ ਬੇਸ਼ੱਕ ਇਹ ਇਸ ਕਿਸਮ ਦੀ ਗੱਲਬਾਤ ਹੈ, ਪਰ ਫਿਰ ਵੀ ਸਿੱਖਾਂ ਲਈ ਇਹ ਪ੍ਰਾਪਤੀ ਹੈ। ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈ, ਜਗਦੀਸ਼ ਕੌਰ ਅਤੇ ਨਿਰਪ੍ਰੀਤ ਕੌਰ ਵਰਗੀਆਂ ਜਿਹੜੀਆਂ, ਉਹਨਾਂ ਦਾ ਜਿਹੜਾ ਇੰਨੇ ਸਾਲਾਂ ਤੱਕ ਇੱਕੋ ਸਟੈਂਡ ਲੈ ਕੇ ਰੱਖਣਾ, ਇੰਨੀਆਂ ਦੁਸ਼ਵਾਰੀਆਂ ਦੇ ਬਾਵਜੂਦ, ਇੰਨੇ ਵਿਰੋਧਾਂ ਦੇ ਬਾਵਜੂਦ, ਉਹ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਸਮਰੱਥਾ ਅਤੇ ਬਹੁਤ ਵੱਡਾ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ। ਪ੍ਰਾਪਤੀ ਨਾ ਕਹੋ, ਉਸਨੂੰ ਇੱਕ ਐਪਿਕ ਲੈਵਲ ਦੀ ਉਹ ਵੱਡੀ ਉਹ ਪ੍ਰਦਰਸ਼ਨੀ ਹੈ, ਸਾਰੀ ਅਯੋਧਿਆ ਸਾਰਾ। ਇਹ ਸਨ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਨੇ ਬੀਤਾ ਜੋ 2018 ਦਾ ਵਰ੍ਹਾ ਉਹਦਾ ਅਨੈਲਿਸਿਸ ਕੀਤਾ। ਇਹਨਾਂ ਦਾ ਕਹਿਣਾ ਕਿ ਪੰਜਾਬ ਦੀਆਂ ਪ੍ਰਾਪਤੀਆਂ ਦਾ ਕੋਈ ਇਹ ਵਰ੍ਹਾ ਨਹੀਂ ਕਿਹਾ ਜਾ ਸਕਦਾ। ਇੱਕ ਦੋ ਚੰਗੀਆਂ ਅਚੀਵਮੈਂਟਸ ਹੋਈਆਂ ਨੇ, ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਜਾਂ ਸੱਜਣ ਕੁਮਾਰ ਨੂੰ ਸਜ਼ਾਵਾਂ ਦੀ ਗੱਲ ਕਰੀਏ। ਇਹਨਾਂ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਲਈ ਜਿਹੜੀਆਂ ਚੁਣੌਤੀਆਂ ਬਣੀਆਂ ਹੋਣਗੀਆਂ, ਉਹਨਾਂ ਦਾ ਜੋ 2019 ਦਾ ਵਰ੍ਹਾ ਉਹਦੇ ਵਿੱਚ ਦੇਖਣਾ ਹੋਏਗਾ ਕਿ ਜੋ ਚੁਣੌਤੀਆਂ ਨੇ, ਜੋ ਸਵਾਲ ਨੇ, ਕੈਪਟਨ ਸਰਕਾਰ ਉਹਨਾਂ ਨੂੰ ਹੱਲ ਕਰੇਗੀ ਜਾਂ ਨਹੀਂ ਕਰੇਗੀ। ਦੂਜੀ ਗੱਲ, ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਇੱਕ ਵੱਡਾ ਖੱਪਾ ਹੈ ਜਿਹਨੂੰ ਭਰਿਆ ਨਹੀਂ ਜਾ ਸਕਿਆ, ਵੱਡਾ ਕੋਈ ਲੀਡਰ ਨਹੀਂ ਲੱਭ ਰਿਹਾ, ਵੱਡੀ ਕੋਈ ਪਾਰਟੀ ਵਿਰੋਧੀ ਧਿਰ ਹੋਣ ਦੇ ਵਿੱਚ ਨਹੀਂ ਆ ਰਹੀ। ਉਲਟਾ ਜਿਹੜੀਆਂ ਵਿਰੋਧੀ ਧਿਰਾਂ ਸੀ ਉਹ ਦੁਫਾੜ ਹੋ ਗਈਆਂ, ਅਕਾਲੀ ਦਲ ਵੀ ਟੁੱਟ ਗਿਆ, ਆਮ ਆਦਮੀ ਪਾਰਟੀ ਵੀ ਦੁਫੇੜ ਆ। ਆਪਾਂ ਕਹਿ ਸਕਦੇ ਹਾਂ ਕਿ ਪਿਛਲਾ ਵਰ੍ਹਾ ਪੰਜਾਬ ਦੇ ਸਿਆਸੀ ਭਵਿੱਖ ਲਈ ਕੋਈ ਬਹੁਤੀਆਂ ਪ੍ਰਾਪਤੀਆਂ ਵਾਲਾ ਨਹੀਂ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।